ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 ਅਗਸਤ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ description box ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵੈਸਚਨ ਨੰਬਰ 1 ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਕਿੰਨੇ ਸਾਲ ਲਈ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ ਹਾਂਜੀ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਸਾਲ 2024 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ 2024 ਹੁਣੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਕੀ ਆ ਏ ਜੂਨ 2015 ਦੇ ਵਿੱਚ ਸ਼ੁਰੂ ਹੋਈ ਸੀ ਇਸ ਦਾ ਟਾਰਗੇਟ ਸੀ ਕਿ ਦੇਸ਼ ਜਦੋਂ ਆਜ਼ਾਦੀ ਦਾ 75ਵਾਂ ਮਹਾਉਤਸਵ ਮਨਾਵੇਗਾ ਜਾਨਕਿ 75ਵਾਂ ਦਿਹਾੜਾ ਮਨਾਵੇਗਾ ਉਸ ਸਮੇਂ ਤੱਕ ਦੇਸ਼ ਦੇ ਹਰ ਨਾਗਰਿਕ ਕੋਲ ਆਪਣਾ ਖੁਦ ਦਾ ਪੱਕਾ ਘਰ ਹੋਵੇਗਾ ਇਸ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਵੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਜਿਹੜੀ ਕਿ ਤੁਸੀਂ ਦੇਖੀ ਹੀ ਹੋਵੇਗੀ 75ਵੇਂ ਆਜ਼ਾਦੀ ਦੇ ਮਹਾਉਤਸਵ ਤੇ ਦੇਸ਼ ਦੇ ਹਰ ਘਰ ਹਰ ਨਾਗਰਿਕ ਕੋਲ ਪੱਕਾ ਘਰ ਹੋਵੇਗਾ ਘਰ ਵਿੱਚ ਜਲ ਦੀ ਕੋਈ ਕਮੀ ਨਹੀਂ ਹੋਵੇਗੀ ਜਾਨੀ ਕਿ ਘਰ ਵਿੱਚ ਨਾਲ ਹੋਵੇਗਾ ਨਾਲ ਵਿੱਚ ਜਲ ਹੋਵੇਗਾ ਇਸ ਟਾਈਪ ਦੀ ਕੋਈ ਵੀਡੀਓ ਆ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਇਹ ਕੁਐਸਚਨ ਆ ਜਿਹੜਾ ਚੰਗੀ ਤਰ੍ਹਾਂ ਕਲੀਅਰ ਹੋ ਸਕੇ ਤੇ ਤੁਹਾਨੂੰ ਯਾਦ ਰਹੇ ਤੇ ਇਸ ਦਾ ਟਾਰਗੇਟ ਸੀ 2022 ਤੱਕ ਪੂਰਾ ਕਰਨਾ ਪਰ ਹੁਣੇ ਵਧਾ ਕੇ 2024 ਤੱਕ ਕਰ ਦਿੱਤਾ ਗਿਆ ਠੀਕ ਹੈ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ हाल ही ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ UNMOGIP ਦੇ ਮੁਖੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਰੀਸੈਂਟਲੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ UMUNMOGIP ਦੇ ਮੁਖੀ ਵਜੋਂ ਗੁਇਲਰਮੋ ਪਾਬਲੋ ਰਿਊਸ ਨੂੰ ਅਪਾਇੰਟ ਕੀਤਾ ਗਿਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਹੁਣ ਅਸੀਂ ਗੱਲ ਕੀਤੀ ਸੀ UNMOGIP ਦੀ ਤੋ ਤੁਹਾਡੇ ਮਾਈਂਡ ਦੇ ਵਿੱਚ ਆ ਰਿਹਾ ਹੋਵੇਗਾ ਕਿ ਇਹ ਹੈ ਕੀ ਆ ਇਸ ਦੀ ਫੁੱਲ ਫਾਰਮ ਆ ਯੂਨਾਈਟਿਡ ਨੈਸ਼ਨਲ ਮਿਲਟਰੀ ਆਬਜ਼ਰਵ ਇਨ ਇੰਡੀਆ ਇਨ ਪਾਕਿਸਤਾਨ ਠੀਕ ਹੈ ਤੇ ਇਸ ਦੇ ਐਟ ਪ੍ਰੈਜ਼ੈਂਟ ਹੈਡ ਤਾਂ ਇਹੀ ਪੁਆਇੰਟ ਕੀਤੇ ਗਏ ਨੇ ਕੌਣ ਕੀਤੇ ਗਏ ਆ ਹਾਂਜੀ ਗੁਇਲਰਮੋ ਪਾਬਲੋ ਰਿਉਸ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਤੇ ਇਹ ਅਰਜਨਟੀਨਾ ਦੇ ਰੀਅਲ ਐਡਮਿਰਲ ਲਾ ਨੈਕਸਟ ਕੁਐਸਚਨ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਗੁਇਲਰਮੋ ਪਾਬਲੋ ਰਿਉਸ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਅਗਸਥੀਆਮਲਾਈ ਵਿੱਚ ਕਿਸ ਰਾਜ ਨੂੰ ਪੰਜਵਾਂ ਹਾਥੀ ਰਿਜ਼ਰਵ ਮਿਲਿਆ ਹਾਂਜੀ ਰੀਸੈਂਟਲੀ ਅਗਸਥੀਆਮਲਾਈ ਵਿੱਚ ਰੀਸੈਂਟਲੀ ਅਗਸਥੀਆਮਲਾਈ ਵਿੱਚ ਤਾਮਿਲਨਾਡੂ ਰਾਜ ਨੂੰ ਆਪਣਾ ਪੰਜਵਾਂ ਹਾਥੀ ਰਿਜ਼ਰਵ ਮਿਲਿਆ অপশন নাম্বার সি ইজ দি রাইট আনসার তামিলনাড়ু। ਹੁਣ তামিলনাড়ੂ ਨੂੰ ਮਿਲਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ তামিলনাড়ੂ। তামিলনাড়ੂ ਦੀ ਕੈਪੀਟਲ ਹੈ ਚੇਨਈ। ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ, ਇੱਥੋਂ ਦੇ ਗਵਰਨਰ ਆ ਆਰ ਐਨ ਰਵੀ। ਅਦੀਪੁਰਮ ਤਿਹਾਰ তামিলনাড়ੂ ਦੇ ਵਿੱਚ ਮਨਾਇਆ ਜਾਂਦਾ। ਅੰਗਦਾਨ ਦੇ ਮਾਮਲੇ ਦੇ ਵਿੱਚ তামিলনাড়ੂ ਟੌਪ ਤੇ ਆ। ਮੱਛਲੀ ਦੇ ਉਤਪਾਦਨ ਦੇ ਵਿੱਚ ਵੀ তামিলনাড়ੂ ਟੌਪ ਤੇ ਆ। ਮੇਨਦੂ ਮੰਜਪਈ ਯੋਜਨਾ তামিলনাড়ੂ ਦੇ ਵਿੱਚ ਸ਼ੁਰੂ ਹੋਈ ਹੈ ਪਲਾਸਟਿਕ ਥੈਲੇ ਦੀ ਜਗ੍ਹਾ ਕਪੜੇ ਦੇ ਥੈਲੇ ਇਸਤੇਮਾਲ ਕਰਨ ਦੇ ਲਈ ਸ਼ੁਰੂ ਹੋਈ ਤਮਿਲਨਾਡੂ ਦੇ ਵਿੱਚ ਉਲਟੀ ਚੀਲਾ ਬੈਰੀਜ਼ਾਮ ਚੀਲਾ ਕੋਡਾਈਕਨਲ ਚੀਲਾ ਚੈਬਰ ਮਮਕਮ ਚੀਲਾ ਸੱਤੇ ਮੰਗਲਮ ਟਾਈਗਰ ਰਿਜ਼ਰਵ ਹੈ ਇਸ ਨੂੰ TX2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਚੁੱਕੀ ਆ ਠੀਕ ਹੈ ਜੀ ਤੇ ਤਮਿਲਨਾਡੂ ਸਰਕਾਰ ਨੇ ਮੁੱਖ ਮੰਤਰੀ ਬ੍ਰੈਕਫਾਸਟ ਸਕੀਮ ਸ਼ੁਰੂ ਕੀਤੀ ਆ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਸਕੂਲਾਂ ਦੇ ਵਿੱਚ ਮੀਡੇ ਮਿਲ ਦਿੱਤਾ ਜਾਂਦਾ ਯਾਨੀ ਕਿ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਤੇ ਹੁਣ ਤਾਮਿਲਨਾਡੂ ਗਵਰਨਮੈਂਟ ਨੇ ਬ੍ਰੇਕਫਾਸਟ ਦੇਣ ਦੀ ਵੀ ਸਕੀਮ ਸ਼ੁਰੂ ਕੀਤੀ ਯਾਨੀ ਕਿ ਨਾਸ਼ਤਾ ਵੀ ਦਿੱਤਾ ਜਾਵੇਗਾ ਠੀਕ ਹੈ ਜੀ ਤੇ ਤਾਮਿਲਨਾਡੂ ਨੇ ਜੀਲਾ ਜਲਵਾਜੂ ਪਰिवर्तन ਮਿਸ਼ਨ ਦੀ ਸਥਾਪਨਾ ਕੀਤੀ ਸਮਾਰਟ ਸਿਟੀ ਫੰਡਾਂ ਦੇ ਵਰਤੋਂ ਵਿੱਚ ਤਾਮਿਲਨਾਡੂ ਸਭ ਤੋਂ ਟੌਪ ਤੇ ਆ ਤਾਮਿਲਨਾਡੂ ਸਰਕਾਰ ਨੇ ਆਈਟੀਆਈ ਦੇ ਅਪਗ੍ਰੇਡੇਸ਼ਨ ਲਈ ਟਾਟਾ ਟੈਕਨੋਲੋਜੀਜ਼ ਨਾਲ ਗੱਠ ਜੋੜ ਕੀਤਾ ਤਮਿਲਨਾਡੂ ਰਾ ਸਰਕਾਰ ਨੇ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਤਮਿਲਨਾਡੂ ਸਰਕਾਰ ਨੇ 14 April ਨੂੰ ਸਮਾਨਤਾ ਦਿਵਸ ਵਜੋਂ ਘੋਸ਼ਿਤ ਕੀਤਾ ਮਨਾਉਣ ਵਜੋਂ ਠੀਕ ਹੈ। ਨੈਕਸਟ ਕੁਐਸ਼ਨ ਹਾਲ ਹਾਲ ਹੀ ਵਿੱਚ ਭਾਰਤੀ ਹਵਾਈ ਸੈਨਾ ਕਿਸ ਦੇਸ਼ ਦੁਆਰਾ ਅਜੋਜਿਤ ਦੁਵੱਲੇ ਅਭਿਆਸ ਵਿੱਚ ਹਿੱਸਾ ਲਵੇਗੀ? ਹਾਂਜੀ ਮਲੇਸ਼ੀਆ ਦੁਆਰਾ ਇੱਕ ਆਯੋਜਿਤ ਕੀਤਾ ਗਿਆ ਵਾ ਦੁਵੱਲਾ ਅਭਿਆਸ ਜਿਸ ਦਾ ਨਾਮ ਆ ਉਧਾਰ ਸ਼ਕਤੀ ਤੇ ਇਸ ਵਿੱਚ ਰੀਸੈਂਟਲੀ ਭਾਰਤੀ ਹਵਾਈ ਸੈਨਾ ਵੀ ਹਿੱਸਾ ਲਵੇਗੀ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਮਲੇਸ਼ੀਆ ਮਲੇਸ਼ੀਆ ਦੇ ਦੁਆਰਾ ਆਯੋਜਿਤ ਇਹ ਜੋ ਆਯੋਜਿਤ ਦੁਵੱਲਾ ਅਭਿਆਸ ਆ ਇਸ ਦਾ ਨਾਮ ਆ ਉਧਾਰ ਸ਼ਕਤੀ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਆ ਤੇ ਇਸ ਦੇ ਵਿੱਚ ਭਾਰਤੀ ਹਵਾਈ ਸੈਨਾ ਵੀ ਹਿੱਸਾ ਲਵੇਗੀ ਹੁਣ ਮਲੇਸ਼ੀਆ ਦੀ ਗੱਲ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਲੇਸ਼ੀਆ ਮਲੇਸ਼ੀਆ ਦੀ ਕੈਪੀਟਲ ਕੀ ਹੈ ਕੁਆਲਾ ਲੰਪੁਰ ਇਥੋਂ ਦੀ ਕਰੰਸੀ ਕੀ ਹੈ ਮਲੇਸ਼ੀਅਨ ਰੀਗਟ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਇਸਮਾਇਲ ਸਬਰੀ ਜਾਕੂ ਨੈਕਸਟ ਕੁਐਸ਼ਨ ਹਾਲ ਹੀ ਵਿੱਚ SBI ਕਿਸ ਦੇਸ਼ ਵਿੱਚ ਭਾਰਤੀ ਵੀਜ਼ਾ ਕੇਂਦਰ ਚਲਾਏਗਾ ਹਾਂਜੀ ਰੀਸੈਂਟਲੀ SBI ਕਿਹੜੇ ਦੇਸ਼ ਦੇ ਵਿੱਚ ਭਾਰਤੀ ਵੀਜ਼ਾ ਕੇਂਦਰ ਚਲਾਏਗਾ ਬੰਗਲਾਦੇਸ਼ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲੇ 2 ਸਾਲਾਂ ਲਈ ਹੋਰ SBI ਭਾਰਤੀ ਵੀਜ਼ਾ ਕੇਂਦਰ ਚਲਾਵੇਗਾ ਠੀਕ ਹੈ ਬੰਗਲਾਦੇਸ਼ ਦੇ ਲਈ ਹੁਣ ਬੰਗਲਾਦੇਸ਼ ਦੀ ਗੱਲ ਕਰ ਰਹੇ ਆ ਅਸੀਂ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ SBI ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ ਕਦੋਂ ਹੋਈ ਸੀ 1955 ਦੇ ਵਿੱਚ ਇਸ ਦਾ ਹੈੱਡ ਕੁਆਟਰ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਪ੍ਰੈਜ਼ੀਡੈਂਟ ਆ ਦਿਨੇਸ਼ ਕੁਮਾਰ ਖਾਰਾ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਕੀ ਆ ਡਾਕਾ ਇੱਥੋਂ ਦੀ ਕਰੰਸੀ ਆ ਟਕਾ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਸੇਖ ਹਸੀਨਾ ਤੇ ਇੱਥੋਂ ਦੇ ਗਵਰਨਰ ਆ ਅਬਦੁੱਲਾ ਹਾਮਿਦ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਬੰਗਲਾਦੇਸ਼ ਭਾਰਤ ਦੇ ਨਾਲ ਸਭ ਤੋਂ ਲੰਬੀ ਸਰਹੱਦ ਬਣਾਉਂਦਾ ਵਾ ਕਿੰਨੀ ਲੱਗਦੀ ਆ 4096 ਕਿਲੋਮੀਟਰ ਦੀ ਲੱਗਦੀ ਆ ਬੰਗਲਾਦੇਸ਼ ਦੇ ਨਾਲ ਪੰਜਾਬ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਆ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਇੰਡੀਆ ਤੇ ਬੰੰਗਲਾਦੇਸ਼ ਦੇ ਵਿੱਚ ਘਾਰ ਹੁੰਦੀ ਆ ਤਮੀਮ ਇਕਵਾਲ ਵਨਡੇ ਚ 8000 ਰਨ ਬਣਾਉਣ ਵਾਲੇ ਪਹਿਲੇ ਬੰਗਲਾਦੇਸ਼ ਬੱਲੇਬਾਜ਼ ਬਣੇ ਆ। ਵਸੀਨਾ ਨਜ਼ਰੀਨ K2 ਨੂੰ ਜਿੱਤਣ ਵਾਲੀ ਬੰਗਲਾਦੇਸ਼ ਦੀ ਪਹਿਲੀ ਮਹਿਲਾ ਬਣ ਗਈ ਆ। ਬੰਗਲਾਦੇਸ਼ ਦੇ ਖਿਡਾਰੀ ਤਮੀਮ ਇਕਵਾਲ ਨੇ T20 ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਵੀ ਕੀਤਾ ਤੇ ਬੰਗਲਾਦੇਸ਼ ਨੇ ਮੁਸਤਫੀਜ਼ੁਰ ਰਹਿਮਾਨ ਨੂੰ ਭਾਰਤ ਵਿੱਚ ਆਪਣਾ ਹਾਈ ਕਮਿਸ਼ਨਰ ਵੀ ਨਿਯੁਕਤ ਕੀਤਾ। ਸਤਾਰ ਮੇ ਮੂਵਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੰਗਲਾਦੇਸ਼ ਨੂੰ ਕੰਟਰੀ ਆਫ ਫੋਕਸ ਵਜੋਂ ਚੁਣਿਆ ਗਿਆ ਬੰਗਲਾਦੇਸ਼ ਆਪਣੀ ਡਿਜੀਟਲ ਜਨਗਣਨਾ ਕਰੇਗਾ ਯੂਐਸ ਕੋਵਿਡ ਵੈਕਸੀਨ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਬਣਿਆ ਸੀ ਬੰਗਲਾਦੇਸ਼ ਬੀਮਾ ਡਾਕਾ ਅੰਤਰਰਾਸ਼ਟਰੀ ਫਿਲਮ ਮਹਾਉਤਸਵ ਬੰਗਲਾਦੇਸ਼ ਦੇ ਵਿੱਚ ਸ਼ੁਰੂ ਹੋਇਆ ਮੁਫਤ ਇੰਟਰਨੈਟ ਸੇਵਾਵਾਂ ਦੇ ਵਿੱਚ પ્રતિਬੰਧ ਲਗਾਇਆ ਬੰਗਲਾਦੇਸ਼ ਨੇ ਡਿਜੀਟਲ ਹਾਟ ਨਾਮ ਦਾ ਪਲੇਟਫਾਰਮ ਬੰਗਲਾਦੇਸ਼ ਦੇ ਵਿੱਚ ਸ਼ੁਰੂ ਹੋਇਆ ਤੇ ਬੰਗਲਾਦੇਸ਼ ਦੀ ਸੰਸਦ ਦਾ ਨਾਮਾ ਜਤੀ ਸੰਸਦ ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਨਦੀ ਨਾਲ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਜਮੁਨਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਕਿਹੜੀ ਆ ਸੁਰਮਾ ਨਦੀ ਡਿਜੀਟਲ ਹੌਟ ਪਲੇਟਫਾਰਮ ਬੰਗਲਾਦੇਸ਼ ਨੇ ਲਾਂਚ ਕੀਤਾ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਮਿੱਤਰ ਸੇਤੂ ਦਾ ਉਦਘਾਟਨ ਹੋਇਆ ਯੋਗਯੋਗ ਨਾਮ ਦਾ ਖੁੱਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਵੀ ਬੰਗਲਾਦੇਸ਼ ਨੇ ਲਾਂਚ ਕੀਤਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਨਵਾਂ ਵਰਚੁਅਲ ਸਪੇਸ ਮਿਊਜ਼ੀਅਮ ਸੰਪਾਰਕ ਕਿਸ ਨੇ ਲਾਂਚ ਕੀਤਾ ਹਾਂਜੀ ਰੀਸੈਂਟਲੀ 3D 3D ਵਰਚੁਅਲ ਸਪੇਸ ਮਿਊਜ਼ੀਅਮਸ ਪਾਰਕ ਲਾਂਚ ਕੀਤਾ ਹੈ ਇਸਰੋ ਨੇ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੁਣ ਇਸਰੋ ਨੇ ਲਾਂਚ ਕੀਤਾ ਜਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਹੋਈ ਸੀ 1969 ਨੂੰ ਇਸ ਦਾ ਹੈੱਡਕੁਆਟਰ ਬੰਗਲੌਰ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਮਾਈ 75 ਪਹਿਲ ਕਿਸ ਨੇ ਸ਼ੁਰੂ ਕੀਤੀ ਹਾਂ ਜੀ ਸਮਾਈਲ 75 ਪਹਿਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਸ ਦੇ ਲਈ ਸ਼ੁਰੂ ਹੋਈ ਆ ਪੀਖ ਮੰਗਣ ਵਾਲੇ ਵਿਅਕਤੀਆਂ ਦੇ ਪੁਨਰਵਾਸ ਦੇ ਲਈ ਇਸ ਯੋਜਨਾ ਨੂੰ ਸ਼ੁਰੂ ਕੀਤਾ ਤੇ ਕੀਤਾ ਕਿਸ ਨੇ ਆ ਮਿਨਿਸਟਰੀ ਆਫ ਸੋਸ਼ਲ ਜਸਟਿਸ ਨੇ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜਾਨੀ ਕਿ ਸਮਾਜਿਕ ਨਿਆਂ ਮੰਤਰਾਲੇ ਨੇ ਕਿ ਸਾਡੇ ਐਟ ਪ੍ਰੈਸੈਂਟ ਸਮਾਜਿਕ ਨਿਆਂ ਤੇ ਅਧਿਕਾਰਿਕ ਮਾਮਲਿਆਂ ਦੇ ਮੰਤਰੀ ਆ ਡਾਕਟਰ ਬਰਿੰਦਰ ਕੁਮਾਰ ਇਹਨਾਂ ਨੇ ਹੀ ਸਮਾਈਲ 75 ਪਹਿਲ ਪੀਖ ਮੰਗਣ ਵਾਲੇ ਵਿਅਕਤੀਆਂ ਦੇ ਲਈ ਪੁਨਰਵਾਸ ਦੇ ਲਈ ਇਸ ਨੂੰ ਸ਼ੁਰੂ ਕੀਤਾ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਪਵਨ ਕੁਮਾਰ ਬੋਰ ਠਾਕੁਰ ਕਿਸ ਰਾਜ ਦੇ ਨਵੇਂ ਸਕੱਤਰ ਬਣੇ ਹਾਂ ਜੀ ਪਵਨ ਕੁਮਾਰ ਬੋਰ ਠਾਕੁਰ ਰੀਸੈਂਟਲੀ ਅਸਮ ਰਾਜ ਦੇ ਨਵੇਂ ਸਕੱਤਰ ਬਣੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਹੋਣੇ ਅਸਮ ਦੇ ਬਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਕੀ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਹਿਮਾਤਾ ਵਿਸ਼ਨ ਸ਼ਰਮਾ ਇਤੋਂ ਦੇ ਗਵਰਨਰ ਕੌਣ ਨੇ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਮੈਂ ਤੁਹਾਨੂੰ ਅਸਮ ਦੇ ਗਵਰਨਰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਠੀਕ ਹੈ ਜੀ 3 ਸੈਕਿੰਡ ਵਿੱਚ ਤੁਸੀਂ ਆਪਣਾ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖੋ ਜਗਦੀਸ਼ ਮੁਖੀ ਹੈ ਇਤੋਂ ਦੇ ਗਵਰਨਰ ਤੇ ਇਸ ਤੋਂ ਇਲਾਵਾ ਅਸਮ ਦੇ ਵਿੱਚ ਉਰੰਗ ਨੈਸ਼ਨਲ ਪਾਰਕ ਨੂੰ ਦੂਜਾ ਸਲਾਨਾ ਇੰਟਰਨੈਸ਼ਨਲ ਰੇਜ਼ਰ ਅਵਾਰਡ ਦੋ ਅਵਾਰਡ 2022 ਪ੍ਰਾਪਤ ਹੋਇਆ ਠੀਕ ਹੈ ਉਰੰਗ ਨੈਸ਼ਨਲ ਪਾਰਕ ਨੂੰ ਦੇਖੋ ਉਰੰਗ ਨੈਸ਼ਨਲ ਪਾਰਕ ਨੂੰ ਹੋਇਆ ਤੇ ਅਸਮ ਦੇ ਵਿੱਚ ਕਿੰਨੇ ਨੈਸ਼ਨਲ ਪਾਰਕ ਆ 7 ਕਿਹੜੇ-ਕਿਹੜੇ ਕਾਜ਼ੀਰੰਗਾ ਨੈਸ਼ਨਲ ਪਾਰਕ ਮਾਨਸ ਨੈਸ਼ਨਲ ਪਾਰਕ ਨਾ ਮੇਰੀ ਨੈਸ਼ਨਲ ਪਾਰਕ ਉਰੰਗ ਨੈਸ਼ਨਲ ਪਾਰਕ ਡਿਬਰੂ ਸੇਕੋਵਾ ਨੈਸ਼ਨਲ ਪਾਰਕ ਰਾਇਮੋਨਾ ਨੈਸ਼ਨਲ ਪਾਰਕ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਇਹ ਸੱਤ ਨੈਸ਼ਨਲ ਪਾਰਕ ਅਸਮ ਦੇ ਵਿੱਚ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਪੂਰੇ ਇੰਡੀਆ ਦੇ ਵਿੱਚੋਂ ਤੀਜੇ ਨੰਬਰ ਤੇ ਆ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਗੈਂਡੇ ਦੇ ਲਈ ਫੇਮਸ ਆਈ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਵਿੱਚ ਆਇਆ ਹੋਇਆ ਜੀਕੇ ਦਾ ਕੁਐਸ਼ਨ ਕਿ ਕਾਜ਼ੀਰੰਗਾ ਨੈਸ਼ਨਲ ਪਾਰਕ ਕਿਸ ਲਈ ਫੇਮਸ ਆ ਇੱਕ ਸਿੰਘ ਵਾਲੀ ਗੈਂਡੇ ਦੇ ਲਈ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਹੀ ਭਾਰਤ ਦਾ ਇਕਲੌਤਾ ਗੋਲਡਨ ਬਾਗ ਦਿਸਿਆ ਦੇਖਿਆ ਗਿਆ ਠੀਕ ਹੈ ਟਾਈਗਰ ਦੇਖਿਆ ਗਿਆ ਗੋਲਡਨ ਇਹ ਤੁਸੀਂ ਯਾਦ ਰੱਖਣਾ ਹਾਂਜੀ ਅਸਮ ਦੀ ਮਨੋਹਰੀ ਮਨੋਹਰੀ ਗੋਲਡ ਟੀ ਅਸਮ ਦੀ ਚਾਹ ਵਾ ਤੇ ਦੇਸ਼ ਦੀ ਸਭ ਤੋਂ ਮਹਿੰਗੀ ਚਾਹ ਵੇਕਣ ਵਾਲੀ ਹੈ ਜਿਹੜੀ ਕੋਸ਼ਿਤ ਹੋ ਚੁੱਕੀ ਆ ਅਸਮ ਦੇ ਮੁੱਖ ਮੰਤਰੀ ਨੇ ਮੂਲ ਬੁਣਕਰਾਂ ਦੀ ਭਲਾਈ ਲਈ ਹਸਵਰਨ ਵੀਰ ਨਾਰੀ ਯੋਜਨਾ ਸ਼ੁਰੂ ਕੀਤੀ ਅਸਮ ਦੇ ਵਿੱਚ ਚਾਰ ਰੋਜ਼ਾ ਅੰਬੂ ਬਾਚੀ ਮੇਲਾ ਸ਼ੁਰੂ ਹੋਇਆ ਅਸਮ ਸਰਕਾਰ ਨੇ ਖੇੜ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1000 ਕਰੋੜ ਰੁਪਏ ਖਰਚਣ ਦਾ ਫੈਸਲਾ ਵੀ ਕੀਤਾ ਪਹਿਲਾ ਜੈਨੇਟਿਕਲੀ ਮੋਡੀਫਾਈਡ ਰਵੜ ਦਾ ਪੌਦਾ ਅਸਮ ਦੇ ਵਿੱਚ ਲਾਇਆ ਗਿਆ ਇਸ ਨੂੰ ਰਵੜ ਰਿਸਰਚ ਇੰਸਟੀਚਿਊਟ ਆਫ ਇੰਡੀਆ ਨੇ ਤਿਆਰ ਕੀਤਾ ਰਵੜ ਰਿਸਰਚ ਇੰਸਟੀਚਿਊਟ ਆਫ ਇੰਡੀਆ ਹੈ ਕਿੱਥੇ ਹੈ ਕੇਰਲ ਦੇ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਚਾਹ ਕਿੱਥੇ ਹੁੰਦੀ ਆ ਅਸਮ ਦੇ ਵਿੱਚ ਅਸਮ ਦੇ ਫੇਮਸ ਲੋਕਨਾਚਾ ਬੀਹੂ ਯੰਗਰੂMBA ਪੋਂਗਲ ਚੂਮਰ ਅਸਮ ਦੀ ਰਾ ਸਰਕਾਰ ਨੇ ਉਰੋਨੋਡੋਈ ਸਕੀਮ ਸ਼ੁਰੂ ਕੀਤੀ ਆ ਅਸਮ ਦੇ ਹਿਮਾਦਾਸ ਨੂੰ ਟਿੰਗ ਐਕਸਪ੍ਰੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬ੍ਰਾਹਮਪੁੱਤਰ ਮਕੋਟਾ ਕਰੋਚ ਅਸਮ ਦੇ ਵਿੱਚ ਸ਼ੁਰੂ ਹੋਇਆ ਇਹਨਾਂ ਤੋਂ ਸੇ ਯਾਦ ਰੱਖਣਾ ਅਸਮ ਦੇ ਬਾਰੇ ਨੈਕਸਟ ਪੋਜੀਸ਼ਨ ਕਾਫੀ ਅਤੇ ਬੇਕਰੀ ਉਤਪਾਦਾਂ ਦੇ ਕਿਹੜੇ ਦੇਸ਼ ਦੇ ਮਸ਼ਹੂਰ ਬ੍ਰਾਂਡ ਟਿਮ ਹਾਰਟਨਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਊਟਲੈਟ ਖੋਲੇ ਹਨ ਹਾਂਜੀ ਕੈਨੇਡੀਅਨ ਦੇ ਫੇਮਸ ਬ੍ਰਾਂਡ ਆ ਕਾਫੀ ਅਤੇ ਬੇਕਰੀ ਦਾ ਬ੍ਰਾਂਡ ਆ ਜਿਹੜਾ ਦਾ ਨਾਮ ਆ ਟਿਮ ਹਾਰਟਨਸ ਤੇ ਇਸ ਨੇ ਭਾਰਤ ਦੇ ਵਿੱਚ ਆਊਟਲੈਟ ਖੋਲੇ ਆ ਠੀਕ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਕੈਨੇਡੀਅਨ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵੀ ਕੈਨੇਡਾ ਕੈਨੇਡਾ ਦੀ ਕੈਪੀਟਲ ਹੈ ਓਟਾਵਾ ਇੱਥੋਂ ਦੀ ਕਰੰਸੀ ਹੈ ਕੈਨੇਡੀਅਨ ਡਾਲਰ ਇੱਥੋਂ ਦੇ ਪ੍ਰੈਜ਼ੀਡੈਂਟ ਹੈ ਜਸਟਨ ਟਰੂਡੋ ਕੈਨੇਡਾ ਦੇ ਵਿੱਚ ਹੈਂਡ ਗਨ ਵਪਾਰ ਨੂੰ ਸੀਮਤ ਕਰਨ ਲਈ ਨਵਾਂ ਬਿੱਲ ਪੇਸ਼ ਕੀਤਾ ਗਿਆ ਕੈਨੇਡੀਅਨ ਲੇਖਕ ਯੂਥ ਓਯੇਕੀ ਨੇ 2022 ਦਾ ਮੈਲਾ ਪੁਰਸਕਾਰ ਜਿੱਤਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਲਿਸਬਨ ਅਚੀਵਮੈਂਟ ਅਵਾਰਡ ਜਿੱਤਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਕੌਣ ਬਣੀ ਹਾਂਜੀ ਰੀਸੈਂਟਲੀ ਲਿਸਬਨ ਅਚੀਵਮੈਂਟ ਅਵਾਰਡ ਜਿੱਤਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਬਣੀ ਆ ਮਰੀਨਾ ਤਬਸੂਮ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਮਰੀਨਾ ਤਬਸੂਮ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਮਰੀਨਾ ਤਬਸੂਮ ਤੇ ਬੰਗਲਾਦੇਸ਼ ਦੀ ਪ੍ਰਸਿੱਧ ਆਰਕੀਟੈਕਟਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਾਜਸਥਾਨ ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਰਾਜਸਥਾਨ ਟੈਕਨੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਜੋਂ ਪੁਆਇੰਟ ਹੋਏ ਆ ਸੰਤੋਸ਼ ਕੁਮਾਰ ਸਿੰਘ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਤੇ ਹੁਣ ਅਸੀਂ ਇੱਕ ਨਵੀਂ ਅਪੁਆਇੰਟਮੈਂਟ ਦੀ ਗੱਲ ਕੀਤੀ ਆ ਰੀਸੈਂਟਲੀ ਜਿੰਨੀਆਂ ਵੀ ਅਪੁਆਇੰਟਮੈਂਟ ਹੋਈਆਂ ਉਹਨਾਂ ਨੂੰ ਵੀ ਅਸੀਂ ਰਿਵਾਈਜ਼ ਕਰ ਲੈਣੇ ਆ ਭਾਰਤੀ ਪੇ ਨੇ ਨਲਿਨ ਨੇਗੀ ਨੂੰ ਨਵਾਂ CFO ਨਿਯੁਕਤ ਕੀਤਾ ਇੰਦਰਜੀਤ ਕੈਮੋਤਰਾ ਨੂੰ ਯੂਨਿਟੀ ਸਮਾਲ ਫਾਈਨੈਂਸ ਬੈਂਕ ਦੇ MD ਐਂਡ CEO ਪੋਆਇੰਟ ਕੀਤਾ ਗਿਆ சுரேਸ਼ ਐਨ ਪਟੇਲ ਨੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਵਜੋਂ ਸੌ ਚੁੱਕੀ ਰਣਜੀਤ ਰੱਥ ਨੇ ਔਇਲ ਇੰਡੀਆ ਦੇ CMD ਦੇ ਰੂਪ ਵਿੱਚ ਚੋਂ ਦਾ ਸੰਭਾਲਿਆ ਰਵਿੰਦਰ ਟੱਕਰ ਵੋਡਾਫੋਨ ਆਈਡੀਆ ਦੇ ਨਵੇਂ ਪ੍ਰਧਾਨ ਬਣੇ ਅਗਸਤ 7 ਨੂੰ ਕੂਆ ਨੂੰ ਭਾਰਤ ਲਈ ਵਿਸ਼ਵ ਬੈਂਕ ਦਾ ਕੰਟਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਪੁਲਿਸ ਕਪਤਾਨ ਮਨੀਸ਼ਾ ਰੋਪੇਟਾ ਬਣ ਗਈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਖੇਲੋ ਇੰਡੀਆ ਮਹਿਲਾ ਹਾਕੀ ਲੀਗ ਅੰਡਰ 16 ਕਿੱਥੇ ਆਯੋਜਿਤ ਕੀਤੀ ਜਾਵੇਗੀ ਹਾਂਜੀ ਰੀਸੈਂਟਲੀ ਖੇਲੋ ਇੰਡੀਆ ਮਹਿਲਾ ਹਾਕੀ ਲੀਗ ਅੰਡਰ 16 ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤੀ ਜਾਵੇਗੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ हाल ही ਵਿੱਚ ਵਿਸ਼ਵ ਅੰਗਦਾਨ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਰੀਸੈਂਟਲੀ ਵਿਸ਼ਵ ਅੰਗਦਾਨ ਦਿਵਸ ਮਨਾਇਆ ਗਿਆ 13 ਅਗਸਤ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਅਤੇ ਲੋਕਾਂ ਨੂੰ ਅੰਗਦਾਨ ਬਾਰੇ ਉਤਸ਼ਾਹਿਤ ਕਰਨ ਦੇ ਲਈ ਹਰ ਸਾਲ ਅੰਗਦਾਨ ਦਿਵਸ 13 ਅਗਸਤ ਨੂੰ ਮਨਾਇਆ ਜਾਂਦਾ ਤੇ ਮੈਂ ਵਿਸ਼ਵ ਅੰਗਦਾਨ ਦਿਵਸ ਦੀ ਗੱਲ ਕਰ ਰਹੀ ਹਾਂ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਦੇਖ ਸਕਦੇ ਹੋ ਤੁਸੀਂ ਅਗਸਤ ਦੇ ਇੰਪੋਰਟੈਂਟ ਡੇ 1 ਅਗਸਤ ਨੂੰ ਮੁਸਲਿਮ ਮਹਿਲਾ ਅਧਿਕਾਰ ਦਿਵਸ ਮਨਾਇਆ ਗਿਆ ਤੇ ਵਿਸ਼ਵ ਫੇਫੜਿਆਂ ਦਾ ਕੈਂਸਰ ਦਿਵਸ ਮਨਾਇਆ ਗਿਆ 2 ਅਗਸਤ ਨੂੰ ਪਿੰਗਲੀ ਵੈਂਕਈਆ ਦੀ 146ਵੇਂ ਜਨਮ ਦਿਨ ਮਨਾਈ ਗਈ 5 ਅਗਸਤ ਨੂੰ ਅੰਤਰਰਾਸ਼ਟਰੀ ਟ੍ਰੈਫਿਕ ਲਾਈਟ ਦਿ ਦੇ ਮਨਾਇਆ ਗਿਆ 6 ਅਗਸਤ ਨੂੰ ਹੀਰੋ ਸੀਮਾ ਦਿਵਸ ਮਨਾਇਆ ਗਿਆ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ ਤੇ ਰਾਸ਼ਟਰੀ ਜੈਵਲਿਨ ਥਰੋ ਦਿਵਸ ਮਨਾਇਆ ਗਿਆ 8 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਬਣਾਇਆ ਗਿਆ 9 ਅਗਸਤ ਨੂੰ ਵਿਸ਼ਵਾਦੀਵਾਦੀ ਵਸੀ ਦਿਵਸ ਨਾਗਾਸਾਕੀ ਦਿਵਸ ਬਣਾਇਆ ਗਿਆ ਸੌਰੀ ਨਾਗਾਸਾਕੀ ਨਾਗਾਸਾਕੀ ਦਿਵਸ ਬਣਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ 11 ਅਗਸਤ ਵਾਲੀ ਕਰੰਟ ਅਫੇਅਰ ਦੇ ਵਿੱਚ ਮੈਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਤੁਹਾਨੂੰ ਹੀਰੋਸ਼ੀਮਾ ਤੇ ਨਾਗਾਸਾਕੀ ਬਾਰੇ ਉਹ ਕਰੰਟ ਅਫੇਅਰ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਹੜੇ ਸਟੂਡੈਂਟਸ ਨੇ ਨਹੀਂ ਦੇਖੀ 10 ਅਗਸਤ ਨੂੰ ਵਿਸ਼ਵ ਬਾਇਓਫਿਊਲ ਦਿਵਸ ਮਨਾਇਆ ਗਿਆ ਤੇ 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ ਅਤੇ ਵਿਸ਼ਵ ਹਾਥੀ ਦਿਵਸ ਮਨਾਇਆ ਗਿਆ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ